ਤੁਸੀਂ ਜੁੜੇ ਫੈਕਟ ਨਿਊਜ਼ ਨਾਲ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ। ਦੋਸਤੋ, ਇਹ ਚਿੜੀਆਂ ਦਾ ਆਲਾ ਹੈ ਜਿਹੜਾ, ਇਹ ਚਿੜੀਆਂ ਦਾ ਰਹਿਣ ਬਸੇਰਾ ਹੈ। ਤਾਂ ਹੁਣ ਜਿਹੜਾ ਜ਼ਮਾਨਾ ਚੱਲ ਰਿਹਾ, ਚਿੜੀਆਂ ਨਜ਼ਰ ਨਹੀਂ ਆ ਰਹੀਆਂ, ਅਲੋਪ ਹੁੰਦੀਆਂ ਜਾ ਰਹੀਆਂ ਚਿੜੀਆਂ। ਪਰ ਅੱਜ ਅੰਮ੍ਰਿਤਸਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹ ਚਿੜੀਆਂ ਦਾ ਜਿਹੜਾ ਰਹਿਣ ਬਸੇਰਾ ਜ਼ਰੂਰ ਵੰਡਿਆ ਜਾ ਰਿਹਾ। ਸਪੈਰੋ ਵਰਲਡ ਡੇ ਅੱਜ, ਚਿੜੀਆਂ ਦਾ ਜਿਹੜਾ ਦਿਨ ਹੈ, ਤਾਂ ਉਸ ਨੂੰ ਲੈ ਕੇ ਜਿਹੜਾ ਅੱਜ ਸੰਸਥਾਵਾਂ ਵੱਲੋਂ ਜਿਹੜਾ ਹੈ, ਜ਼ਰੂਰ ਇਹ ਚਿੜੀਆਂ ਦਾ ਆਲੇ ਵੰਡ ਕੇ ਇੱਕ ਉਪਰਾਲਾ ਕੀਤਾ ਜਾ ਰਿਹਾ। ਜਿਹੜੀਆਂ ਚਿੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਉਹਨਾਂ ਦਾ ਰਹਿਣ ਬਸੇਰਾ ਬਣਾਉਣ ਵਾਸਤੇ ਤਾਂ NGO ਚਲਾ ਰਹੇ ਨੇ। ਧੀਰਜ ਜੀ ਸਾਡੇ ਨਾਲ ਨੇ। ਧੀਰਜ ਜੀ, ਕਿਵੇਂ ਜਹਿਨ ਦੇ ਵਿੱਚ ਆਇਆ ਅਤੇ ਕਿੰਨੇ ਚੱਲੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਲਾਏ? ਦੇਖੋ ਜੀ, ਅੱਜ ਵਰਲਡ ਸਪੈਰੋ ਡੇ ਆ। ਚਲੋ ਅੱਜ ਤਾਂ ਦਿਨ ਤਾਂ ਹੈਗਾ ਹੀ ਆ, ਪਰ ਮੇਰੇ ਖਿਆਲ ਰੋਜ਼ ਹੀ ਲੋਕਾਂ ਨੂੰ ਦੇਖਣਾ ਚਾਹੀਦਾ। ਤੁਸੀਂ ਦੇਖੋ ਕਿ ਪਹਿਲਾਂ ਤੁਹਾਡੀਆਂ ਜਾਗਾਂ ਜਦੋਂ ਸੁੱਤੇ ਉੱਠਦੇ ਸੀ ਨਾ, ਚੀਂ ਚੀਂ ਕਰਦੇ ਸੀ ਤਾਂ ਅਸੀਂ ਉੱਠ ਜਾਂਦੇ ਕਿ ਦਿਨ ਚੜ੍ਹ ਗਿਆ ਵਾ। ਅਸੀਂ ਆਪਣੇ ਘਰ ਵਾਸਤੇ 50-50 ਲੱਖ ਦੇ ਘਰ ਬਣਾ ਲੈਂਦੇ ਹਾਂ। ਇੱਕ ਇਹ 70 ਰੁਪਏ ਦਾ ਪੀਸ ਆ, ਅਸੀਂ ਆਪ ਵੀ ਤਾਂ ਬਣਾ ਸਕਦੇ ਹਾਂ। ਅਤੇ ਇਹ ਈਕੋਸਿਸਟਮ ਵਾਸਤੇ ਬੜਾ ਜ਼ਰੂਰੀ ਆ, ਇਹਦੇ ਨਾਲ ਹੀ ਕੁਦਰਤ ਚੱਲ ਰਹੀ ਹੈ, ਕੁਦਰਤ ਹੈਗੇ ਆ। ਜੇ ਤੁਸੀਂ ਅੱਜ ਇਹਨਾਂ ਨੂੰ ਨਹੀਂ ਬਚਾਇਆ ਤਾਂ ਕੱਲ੍ਹ ਨੂੰ ਤੁਸੀਂ ਗੂਗਲ 'ਚ ਫੋਟੋਆਂ ਦਿਖਾਓਗੇ। ਜਿਵੇਂ ਜੀ ਰਹਿਣ ਬਸੇਰਾ ਹੀ ਆ ਚਿੜੀਆਂ ਦਾ ਵੀ, ਜਿਵੇਂ ਤੁਸੀਂ ਬਹੁਤ ਵਧੀਆ ਕਿਹਾ ਜੀ, ਅਸੀਂ ਆਪਣੇ ਲਈ ਤਾਂ ਬੜੇ ਮਹਿੰਗੇ ਆਲੀਸ਼ਾਨ ਘਰ ਬਣਾਉਂਦੇ ਹਾਂ, ਪਰ ਇਹ ਚਿੜੀਆਂ ਵਾਸਤੇ ਰਹਿਣ ਬਸੇਰਾ, ਚਾਹੇ 70-80 ਰੁਪਏ ਦੀ ਚੀਜ਼ ਆ, ਪਰ ਅੱਜ ਦੇ ਦਿਨ ਉਹਨਾਂ ਲਈ ਇੱਕ ਰਹਿਣ ਬਸੇਰਾ ਮਿਲੇਗਾ। ਪਰ ਅਲੋਪ ਹੁੰਦੀ ਜਾ ਰਹੀ ਹੈ ਪ੍ਰਜਾਤੀ, ਚਿੜੀਆਂ ਤਾਂ ਮਿਲਦੀਆਂ ਇੰਨੀਆਂ, ਕਿਉਂਕਿ ਆਏ ਦਿਨ ਅਸੀਂ ਨਹੀਂ ਦੇਖ ਰਹੀਆਂ, ਦੇਖ ਨਹੀਂ ਦਈਆਂ। ਲੋਕ ਚਲੋ ਕਹਿੰਦੇ ਆ ਕਿ ਕੋਈ ਆਪਣਾ ਮੋਬਾਈਲ ਟਾਵਰਾਂ ਨਾਲ ਵੀ ਘੱਟ ਰਹੀਆਂ ਵਾ, ਚਲੋ ਮੈਨੂੰ ਉਹਦਾ ਨਹੀਂ ਪਤਾ ਗਾ, ਪਰ ਮੇਰੇ ਖਿਆਲ 'ਚ ਘਰ ਹੀ ਆਪ ਪੱਕੇ ਬਣਾ ਲਏ ਆ, ਅਤੇ ਉਹਨਾਂ ਵਿੱਚ ਜਗ੍ਹਾ ਹੀ ਨਹੀਂ ਗਈ ਆਲਣੇ ਬਣਾਉਣ ਵਾਸਤੇ। ਇਸ ਕਰਕੇ ਆਪਣੇ ਪੱਕੇ ਘਰਾਂ 'ਚ ਆਪਾਂ ਈਕੋ ਫ੍ਰੈਂਡਲੀ ਇੱਕ ਆਲਣਾ ਟੰਗੀਏ ਤਾਂ ਉਹ ਜ਼ਰੂਰ ਆ ਕੇ ਰਹਿਣਗੇ। ਅੱਜ ਕਿੰਨੇ ਕੁ ਆਲਣੇ ਤੁਸੀਂ ਜਿਹੜੇ ਨੇ ਟੰਗੇ ਨੇ, ਅਤੇ ਮੈਂ ਦੇਖ ਰਿਹਾ ਤੁਸੀਂ ਵੰਡ ਵੀ ਰਹੇ, ਆਉਂਦੇ ਜਾਂਦੇ ਜਿਹੜੇ ਨੇ ਉਹਨਾਂ ਨੂੰ ਵੰਡ ਵੀ ਰਹੇ, ਕਿੰਨੇ ਕੁ ਆਲਣੇ ਵੰਡੇ ਦੇ ਟੰਗੇ? ਹਾਲ ਸਰ, ਸਾਡੇ ਕੋਲ 70 ਪੀਸ ਹੈਗੇ ਆ, ਅਸੀਂ ਵੰਡਦੇ ਹਾਂ, ਅਸੀਂ ਕੱਲ੍ਹ ਵੀ ਵੰਡਾਂਗੇ, ਅਤੇ ਜਿੰਨਾ ਜੇ ਕਿਸੇ ਨੂੰ ਲੋੜ ਵੀ ਹੋਏਗੀ ਤਾਂ ਸਾਨੂੰ ਫੋਨ ਕਰ ਲਏ, ਤੁਹਾਡੇ ਚੈਨਲ ਦੇ ਮਾਧਿਅਮ ਅਸੀਂ ਉਹਨਾਂ ਨੂੰ ਦੇਵਾਂਗੇ। ਜੀ, ਬਹੁਤ ਵਧੀਆ ਉਪਰਾਲਾ ਹੈ ਤੁਹਾਡਾ, ਕਿ ਅਸੀਂ ਵੀ ਇਸ ਸਲਾਹ ਕਰਦੇ ਹਾਂ ਇਸ ਉਪਰਾਲੇ ਦੀ, ਕਿ ਅਸੀਂ ਆਪਣੇ ਲਈ ਹਮੇਸ਼ਾ ਸੋਚਦੇ ਰਹਿੰਦੇ ਹਾਂ, ਪਰ ਦੂਜੇ ਲਈ ਸੋਚਣਾ ਹੀ ਸਭ ਤੋਂ ਵੱਡੀ ਜਿਹੜਾ ਦਾਨ ਪੁੰਨ ਹੁੰਦਾ ਹੈ। ਅਤੇ ਇਹ ਵੀ ਦਾਨ ਪੁੰਨ ਹੀ ਹੈ ਕਿ ਚਿੜੀਆਂ ਨੂੰ ਬਚਾਵਾਂਗੇ, ਅਤੇ ਆਉਣ ਵਾਲੀ ਨਸਲ ਹੈ ਜਿਹੜੀ ਸਾਡੀ ਪੀੜ੍ਹੀ, ਉਹਨਾਂ ਨੂੰ ਵੀ ਪਤਾ ਚੱਲੇਗਾ ਇਹ ਚਿੜੀਆਂ ਨੇ ਹੋਰ ਦੇ ਵਿੱਚ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਹਾਂਜੀ ਜੀ, ਇਹ ਹੁਣ April ਚੜ੍ਹ ਰਿਹਾ, ਅਸੀਂ ਮਿੱਟੀ ਦੇ ਸਕੋਰੇ ਲੈ 5000 ਸਕੋਰ ਅਸੀਂ ਬਣ ਰਹੇ ਹਾਂ। ਸਕੂਲਾਂ 'ਚ ਜਾਵਾਂਗੇ, ਉੱਥੇ ਸਕੂਲਾਂ 'ਚ ਬੱਚਿਆਂ ਨੂੰ ਅਪੀਲ ਕਰਾਂਗੇ ਕਿ ਛਾਤੇ 'ਚ ਚੜ੍ਹਾਓ। 5000 ਵੰਡਾਂਗੇ, 500 ਵੀ ਛਾਤੇ 'ਚ ਪਹੁੰਚ ਗਿਆ ਤਾਂ ਸਮਝੋ ਬੜੀ ਵੱਡੀ ਗੱਲ ਆ, ਕਾਫੀ ਪੰਛੀਆਂ ਦੀ ਜਾਨ ਬਚ ਜਾਏਗੀ। ਆਮ ਜਨਤਾ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ? ਆਮ ਜਨਤਾ ਕਿੰਨਾ ਜੀ ਸਲਾਹ? ਲੋਕ ਸਾਡੇ ਕੋਲ ਮੰਗ ਵੀ ਰਿਹਾ, ਉਲਟ ਸਾਨੂੰ ਕਹਿ ਰਹੇ ਆ ਕਿ ਤੁਸੀਂ ਸਾਨੂੰ ਵੀ ਵਿੱਚ ਰਲਾ ਲਓ, ਅਸੀਂ ਵੀ ਨਾਲ ਹੈਲਪ ਕਰਦੇ ਹਾਂ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਲੋਕ ਬਹੁਤ ਖੁਸ਼ ਹੈ ਇਸ ਚੀਜ਼ ਤੋਂ। ਅਤੇ ਦੂਸਰੇ ਨੰਬਰ 'ਤੇ ਤੁਹਾਨੂੰ, ਤੁਸੀਂ ਸਾਡੀ ਖਬਰ ਪਹਿਲਾਂ ਵੀ ਕਵਰ ਕੀਤੀ ਸੀ, ਆਪਾਂ ਜਦੋਂ ਆਪਣਾ ਕਰੋਨਾ ਆਇਆ ਸੀ ਉਦੋਂ ਵੀ ਆ ਗਏ ਸੀ, ਜਿੱਥੇ ਪੰਛੀ ਵਗੈਰਾ ਤੁਹਾਨੂੰ ਪਤਾ ਲੋਕ ਨਿਕਲਦੇ ਰਹੇ ਸੀ, ਪੰਛੀਆਂ ਨੂੰ ਗਾਵਾਂ ਨੂੰ ਉਦੋਂ ਵੀ ਅਸੀਂ ਚਾਰਾ ਵਗੈਰਾ ਉਪਲਬਧ ਕਰਾਇਆ ਸੀ, ਤੁਸੀਂ ਨਾਲ ਹੀ ਸੀ ਉਦੋਂ? ਹਾਂਜੀ, ਤਾਂ ਜ਼ਰੂਰ ਜੀ, ਇਹ ਜਿਹੜੇ ਅੰਮ੍ਰਿਤਸਰ ਦੀ ਸੰਸਥਾ ਵੱਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ। ਧੀਰਜ ਜੀ ਜਿਹੜੇ ਆਏ ਦਿਨ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ, ਜੀਵ ਜੰਤੂਆਂ ਨੂੰ ਬਚਾਉਣ ਦੇ ਵੀ ਉਪਰਾਲੇ 'ਚ ਵਧੀਆ ਉਪਰਾਲਾ ਹੁੰਦਾ, ਤਾਂ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ। ਸਰ ਨਾਮ ਜੀ? ਵਿਕਰਮ ਖੰਨਾ। ਸਰ ਮੈਨੂੰ ਇਹ ਦੱਸੋ, ਅੱਜ ਜਿਹੜਾ ਉਪਰਾਲਾ ਕੀਤਾ ਗਿਆ ਰਹਿਣ ਬਸੇਰਾ, ਮੈਂ ਜਾਵਾਂ ਜਾਣਾ ਚਿੜੀਆਂ ਵਾਸਤੇ ਬਣਾਇਆ, ਆਲੇ ਵੰਡੇ ਗਏ ਨੇ, ਕਿਵੇਂ ਜਹਿਨ ਦੇ ਵਿੱਚ ਆਇਆ ਅਤੇ ਕਿੰਨੇ ਆਲੇ ਵੰਡਦੇ? ਅਸੀਂ ਬਹੁਤ ਸਾਰੀ ਕੈਂਪੇਨਸ ਦੇ ਵਿੱਚ ਪਾਰਟੀਸਪੇਟ ਕਰਦੇ ਰਹਿੰਦੇ ਹਾਂ, ਜਿਸ ਤਰ੍ਹਾਂ ਪਲਾਸਟਿਕ ਬਚਾਓ, ਠੀਕ ਹੈ, ਲੜਕੀ ਬਚਾਓ, ਬੜੀ ਤਰ੍ਹਾਂ ਦੀ ਕੈਂਪੇਨ ਚੱਲਦੀ ਹੈ। ਜਿਹੜੀ ਇਹ ਵਾਲੀ ਕੈਂਪੇਨ ਹੈ, ਮੈਂ ਆਪ ਫਸਟ ਟਾਈਮ ਪਾਰਟੀਸਪੇਟ ਕਰ ਰਿਹਾ ਅਤੇ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ, ਕਿਉਂਕਿ ਚਿੜੀਆਂ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ, ਬੜੀ ਹੀ ਮਨਮੋਹਕ ਹੁੰਦੀ ਹੈ, ਉਹ ਜਿਹੜੀ ਆਵਾਜ਼ ਹੈ ਨਾ ਕਿਤੇ ਗਾਇਬ ਹੁੰਦੀ ਜਾ ਰਹੀ ਹੈ। ਅਸੀਂ ਦੇਖਦੇ ਹਾਂ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਚਿੜੀਆਂ ਜਿਹੜੀਆਂ ਡਿਸਅਪੀਅਰ ਹੋਈ ਜਾ ਰਹੀਆਂ ਅਤੇ ਆਉਣ ਵਾਲੇ ਟਾਈਮ 'ਤੇ ਬਿਲਕੁਲ ਵਿਲੁਪਤ ਹੋਣ ਵਾਲੀ ਕਗਾਰ 'ਤੇ ਗਈਆਂ, ਅਤੇ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਬਚਾਇਆ ਜਾਵੇ, ਕਿਉਂਕਿ ਨੇਚਰ ਦਾ ਪਾਰਟ ਹੈ ਅਤੇ ਇੱਕ ਲਾਈਫ ਸਾਈਕਲ ਹੁੰਦਾ ਜਿਹੜਾ ਇੱਕ ਮੇਨਟੇਨਡ ਹੁੰਦਾ, ਸਾਰੇ ਜਿੰਨੇ ਵੀ ਜੀਵ ਹੈਗੇ ਆ ਉਹ ਇੱਕ ਦੂਜੇ ਦੇ ਨਾਲ ਬੰਨੇ ਹੋਏ ਆ।
ਤੇ ਜੇ ਅਸੀਂ ਉਹਨੂੰ ਡਿਸਟਰਬ ਕਰਾਂਗੇ ਤੇ ਕਿਤੇ ਨਾ ਕਿਤੇ ਅਸੀਂ ਹਿਊਮਨ ਬੀਇੰਗਸ ਵੀ ਡਿਸਟਰਬ ਹੋ ਜਾਵਾਂਗੇ। ਆਪਾਂ ਦੇਖਦੇ ਹਾਂ ਜਿਵੇਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਿਆਦਾਤਰ ਚਿੜੀਆਂ ਨਹੀਂ ਨਜ਼ਰ ਆਉਂਦੀਆਂ, ਜ਼ਿਆਦਾ ਪਾਲਤੂ ਚਿੜੀਆਂ ਨੇ ਜਿਹੜੀਆਂ ਵਿਦੇਸ਼ੀ ਚਿੜੀਆਂ ਨੇ ਉਹ ਅਸੀਂ ਪਾਲਦੇ ਹੋਏ ਨਜ਼ਰ ਆ ਰਹੇ ਹਾਂ, ਜਿਹੜੀਆਂ ਸਾਡੀ ਪੰਜਾਬ ਦੀਆਂ ਜਾਂ ਸਾਡੇ ਭਾਰਤ ਦੀਆਂ ਪ੍ਰਜਾਤੀ ਸੀ ਉਹ ਨਜ਼ਰ ਨਹੀਂ ਆ ਰਹੀ, ਤਾਂ ਕਿਵੇਂ ਆਪਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਪਾਵਾਂਗੇ ਇਹ ਚਿੜੀਆਂ ਵੀ ਹੁੰਦੀਆਂ ਸੀ ਕਿਉਂ ਚੀਜ਼, ਤਾਂ ਉਹਨਾਂ ਨੂੰ ਬਚਾਉਣ ਲਈ ਹੋਰ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਸਨ? ਹੁਣ ਜਿਸ ਤਰ੍ਹਾਂ ਜਿਹੜਾ ਅਸੀਂ ਨੈਸਟ ਜਿਹਨੂੰ ਕਹਿੰਦੇ ਹਾਂ ਜਿਹੜਾ ਆਲਣਾ ਹੁੰਦਾ ਉਹ ਅਸੀਂ ਵੰਡ ਰਹੇ ਹਾਂ, ਇਹ ਬਿਲਕੁਲ ਰੈਡੀਮੇਡ ਚੀਜ਼ ਹੈਗੀ ਹੈ ਅਤੇ ਬੜੀ ਵਧੀਆ ਚੀਜ਼ ਹੈਗੀ ਚਿੜੀਆਂ ਵਾਸਤੇ। ਇਹ ਐਮਾਜ਼ੋਨ ਦੇ ਉੱਤੇ ਵੀ ਅਵੇਲੇਬਲ ਹੈ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬਹੁਤ ਹੀ ਘੱਟ ਖਰਚੇ ਦੇ ਉੱਤੇ ਅਵੇਲੇਬਲ ਹੈ ਐਮਾਜ਼ੋਨ 'ਤੇ ਵੀ, ਅਤੇ ਅਸੀਂ ਤਾਂ ਅੱਜ ਫਰੀ ਵੰਡ ਰਹੇ ਹਾਂ ਅਤੇ ਲੋਕ ਮੰਗਣਗੇ ਅਸੀਂ ਹੋਰ ਵੀ ਦੇਵਾਂਗੇ। ਅਤੇ ਸਾਰਿਆਂ ਨੂੰ ਮੈਂ ਅਪੀਲ ਕਰਨਾ ਕਿ ਜੇ ਆਪਣੇ ਘਰਾਂ ਦੇ ਵਿੱਚ ਉਹਦੇ ਵੀ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਐਮਾਜ਼ੋਨ 'ਤੇ, ਤੁਸੀਂ ਆਪਣੇ ਘਰ ਦੇ ਵਿੱਚ ਲਗਾਓ, ਤੁਹਾਨੂੰ ਬਹੁਤ ਜ਼ਿਆਦਾ ਸਕੂਨ ਮਿਲੇਗਾ, ਬੜੀ ਜ਼ਿਆਦਾ ਖੁਸ਼ੀ ਮਹਿਸੂਸ ਹੋਏਗੀ। ਧੰਨਵਾਦ ਜੀ। ਤਾਂ ਜ਼ਰੂਰ ਜੀ, ਨੌਜਵਾਨ ਵੀਰ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇਹ ਚਿੜੀਆਂ ਦੇ ਰਹਿਣ ਬਸੇਰੇ ਨੇ, ਆਲਣੇ ਨੇ, ਤਾਂ ਇਹਨਾਂ ਵੱਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ। ਜਿਵੇਂ ਅਸੀਂ ਆਪਣੇ ਵਾਸਤੇ ਆਲੀਸ਼ਾਨ ਮਹਿਲ ਬਣਾਉਂਦੇ ਹਾਂ, ਉਹ ਚਿੜੀਆਂ ਵਾਸਤੇ ਰਹਿਣ ਬਸੇਰਾ ਵੰਡੇ ਜਾ ਰਹੇ ਨੇ ਅਤੇ ਦਰੱਖਤਾਂ ਦੇ ਉੱਪਰ ਟੰਜ ਵੀ ਰਹੇ ਨੇ। ਤਾਂ ਕਿਵੇਂ ਜਹਿਨ ਦੇ ਵਿੱਚ ਆਇਆ ਅਤੇ ਕਿੰਨੇ ਜੇ ਅੱਜ ਤਾਂ ਜੀ ਤੁਸੀਂ ਵੰਡਦੇ ਨੇ? ਦੇਖੋ ਜੀ, ਇਹ ਜਦੋਂ ਛੋਟੇ ਹੁੰਦੇ ਸੀ ਨਾ ਤੇ ਚਿੜੀਆਂ ਸਾਡੇ ਛੱਤ 'ਤੇ ਆਉਂਦੀਆਂ ਸੀ, ਠੀਕ ਹੈ ਜੀ, ਚਿੜੀਆਂ ਬੁਲਬੁਲ ਬੁਲਬੁਲ ਸੁਣਿਆ ਨਾ ਨਾਂ ਤੁਸੀਂ ਬੁਲਬੁਲ, ਅੱਜ ਕੱਲ੍ਹ ਸਿਰਫ ਗੂਗਲ 'ਤੇ ਸਰਚ ਕਰਦੇ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਚਿੜੀਆਂ ਵੀ ਆਪਾਂ ਬੱਚਿਆਂ ਨੂੰ ਨਾ ਗੂਗਲ 'ਤੇ ਸਰਚ ਕਰਕੇ ਦਿਖਾਉਂਗੇ। ਬਟੇਰ ਜਿਹੜੀ ਹੁੰਦੀ ਜਿਹਨੂੰ ਸਪੈਰੋ ਕਹਿੰਦੇ ਜੇ, ਸਪੈਰੋ ਬੜਾ ਵੱਡਾ ਇੱਕ ਜਿਹੜਾ ਨਾ ਇਨਸਾਨੀ, ਤੁਹਾਨੂੰ ਕਹਿੰਦੇ ਪੁਰਾਣੇ ਸਮੇਂ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਨਾ, ਜਦੋਂ ਚੌਲ 'ਚ ਕੀੜੇ ਪੈ ਜਾਂਦੇ ਨਾ ਉਹ ਛੱਤ 'ਤੇ ਚੌਲ ਸੁੱਟ ਦਿੰਦੇ ਆ, ਬਟੇਰ ਆ ਕੇ ਨਾ ਵਿੱਚੋਂ ਕੀੜੇ ਚੁੱਕਦੀਆਂ, ਚੌਲ ਨਹੀਂ ਚੁੱਕਦੀਆਂ ਜਦੋਂ ਕੀੜੇ ਪਏ ਹੁੰਦੇ ਕਣਕ ਦੇ ਵਿੱਚ, ਜਦੋਂ ਇਸ ਤਰ੍ਹਾਂ ਉਹ ਆਪਣੇ ਮਿੱਤਰ ਪੰਛੀ ਹੈਗੇ, ਮਿੱਤਰ ਪੰਛੀ ਹੈਗੇ, ਅਤੇ ਉਹਨਾਂ ਨੂੰ ਬਚਾਉਣ ਦੇ ਲਈ ਨਾ ਸਾਨੂੰ ਅੱਜ ਇਹ ਉਪਰਾਲਾ ਕਰਨਾ ਪੈਣ ਡਿਆ। ਇਹ ਸਾਡੀਆਂ ਹੀ ਗਲਤੀਆਂ ਜਿਹੜੀਆਂ ਅੱਜ ਸਾਡੇ ਸਾਹਮਣੇ ਆਈਆਂ। ਅਸੀਂ ਆਪਣੇ ਘਰ ਬਣਾਉਣ ਦੇ ਵਿੱਚ, ਆਪਣੇ ਘਰ ਬਣਾਉਣ ਦੇ ਵਿੱਚ ਮਸਰੂਫ ਰਹੇ ਅਤੇ ਜੰਗਲ ਉਜਾੜਦੇ ਗਏ, ਸ਼ਹਿਰ ਵਸਾਉਂਦੇ ਰਹੇ ਜੰਗਲ ਉਜਾੜਦੇ ਗਏ, ਅਤੇ ਅੱਜ ਸਾਨੂੰ ਦੁਬਾਰਾ ਮੁੜ ਇਹ ਸ਼ਹਿਰ ਦੇ ਵਿੱਚ ਜੇ ਪੰਛੀ ਵਸਾਉਣਾ ਪੈ ਰਿਹਾ ਤਾਂ ਸਾਡਾ ਆਪਣਾ ਹੀ ਫਾਇਦਾ ਉਹਦੇ 'ਚ, ਕਿਉਂਕਿ ਇੱਕ ਸ਼ੋਧ ਦੇ ਮੁਤਾਬਿਕ ਦੱਸਿਆ ਗਿਆ ਕਿ ਅਗਰ ਜੇ ਧਰਤੀ ਦੇ ਵਿੱਚ ਜੇ ਪੰਛੀ ਖਤਮ ਹੋ ਜਾਣਗੇ ਨਾ ਤਾਂ ਇਨਸਾਨ ਵੀ ਖਤਮ ਹੋ ਜਾਣਗੇ, ਕਿਉਂਕਿ ਇੱਕ ਦੂਸਰੇ ਨਾਲ ਇੰਟਰਕਨੈਕਟਿਡ ਹਨ, ਇੱਕ ਦੂਸਰੇ ਨਾਲ ਇੰਟਰਕਨੈਕਟਿਡ, ਕਿਉਂਕਿ ਪੰਛੀ ਸਿਰਫ ਪੰਛੀ ਨਹੀਂ ਹੈਗਾ, ਉਹ ਸਿਰਫ ਕੀੜੇ ਨਹੀਂ ਖਾਂਦਾ, ਉਹ ਅਨਾਜ ਵੀ ਜਦੋਂ ਖਾਂਦਾ ਨਾ ਤਾਂ ਬਾਹਰ ਜਾ ਕੇ ਬਿੱਠਾ ਕਰਦਾ, ਜੰਗਲ ਪੰਛੀਆਂ ਨੇ ਵਸਾਏ ਹੁੰਦੇ ਆ, ਇਨਸਾਨ ਕਦੇ ਪੇੜ ਲਾਉਣ ਨਹੀਂ ਗਿਆ, ਉਹ ਜੰਗਲ ਪੰਛੀਆਂ ਨੇ ਵਸਾਇਆ। ਇਸ ਕਰਕੇ ਸਾਨੂੰ ਪੰਛੀਆਂ ਨੂੰ ਬਚਾਉਣਾ ਪਏਗਾ, ਕਿਉਂਕਿ ਜੰਗਲ ਹੋਏਗਾ ਤਾਂ ਆਕਸੀਜਨ ਮਿਲੇਗੀ। ਸਾਡੇ ਆਲੀਸ਼ਾਨ ਫਰਨੀਚਰ ਵੀ ਲੱਕੜ ਤੋਂ ਬਣਦੇ ਜੇ, ਉਹ ਵੀ ਸਾਨੂੰ ਜੰਗਲ ਤੋਂ ਹੀ ਮਿਲਣੇ ਜੇ। ਇਸ ਕਰਕੇ ਅਸੀਂ ਇਹਦੇ ਵਿੱਚ ਕਈ ਇਹੀ ਉਪਰਾਲਾ ਜਿਹੜਾ ਕੀਤਾ ਨਾ, ਇਹ ਆਪਣੇ ਸਵਾਰਥ ਲਈ ਕੀਤਾ। ਮੈਂ ਇਹਨੂੰ ਆਪਣਾ ਸਵਾਰਥ ਮੰਨਦਾ ਕਿ ਅੱਜ ਪੰਛੀ ਬਚਾਵਾਂਗੇ, ਪੰਛੀ ਸਾਡੇ ਲਈ ਪਰਿਆਵਰਣ ਨੂੰ ਬਚਾਉਣਗੇ, ਪਰਿਆਵਰਣ ਸਾਡੀ ਸਾਹ ਬਚਾਏਗਾ। ਆਮ ਜਨਤਾ ਨੂੰ ਕੀ ਸੰਦੇਸ਼ ਦੇਣੇ ਚਾਹੁੰਦੇ ਹੋ? ਜਿਵੇਂ ਕਿ ਅਸੀਂ ਤਾਂ ਐਨ ਜੀ ਓ ਵਾਲੇ ਤਾਂ ਹਮੇਸ਼ਾ ਉਪਰਾਲੇ ਕਰਦੇ ਨੇ, ਤਾਂ ਆਮ ਜਨਤਾ ਜਿਹਨਾਂ ਨੂੰ ਤੁਸੀਂ ਅੱਜ ਵੰਡ ਵੀ ਰਹੇ ਹੋ ਉਹਨਾਂ ਵੱਲੋਂ ਵੀ ਵਧੀਆ ਤੁਹਾਨੂੰ ਪਿਆਰ ਮਿਲ ਰਿਹਾ, ਅਪੀਲ ਕੀ ਲਾਉਣੀ ਚਾਹੁੰਦੇ ਹੋ? ਅਪੀਲ ਇਹੀ ਕਰਨਾ ਚਾਹੁੰਦਾ ਕਿ ਆਪਣੇ ਸਮਰੱਥਾ ਦੇ ਅਨੁਸਾਰ ਆਪਾਂ ਜਿੰਨੇ ਕੇ ਪੰਛੀ ਦਾ ਉੱਤੇ ਘਰ ਦੇ ਉੱਤੇ ਕਸੋਰਾ ਰੱਖੀਏ, ਜਿਹ 'ਚ ਪਾਣੀ ਰੱਖੀਏ, ਪੰਛੀਆਂ ਲਈ ਦਾਣੇ ਰੱਖੀਏ, ਠੀਕ ਹੈ, ਪੰਛੀਆਂ ਲਈ ਇੱਕ ਆਲਣਾ ਜ਼ਰੂਰ ਬਣਾਈਏ। ਦੂਸਰੀ ਚੀਜ਼, ਜਿਹੜੇ ਘਰ ਦੇ ਬਾਹਰ ਵੀ ਇੱਕ ਭਾਂਡਾ ਜ਼ਰੂਰ ਪਾਣੀ ਦਾ ਰੱਖਣਾ ਚਾਹੀਦਾ ਕਿ ਤਾਂ ਕਿ ਡੋਗਸ ਹੋ ਜਾਂਦੇ ਆ ਗਲੀ ਦੇ ਵਿੱਚ, ਗਾਈਆਂ ਲੰਘਦੀਆਂ, ਗਰਮੀ ਆਉਣ ਵਾਲੀ ਆ, ਬਹੁਤ ਜ਼ਿਆਦਾ ਗਰਮੀ ਹੋਣੀ। ਇੱਕ ਸਮਾਂ ਹੁੰਦਾ ਸੀ ਕਿ ਪਾਣੀ ਸਾਈਡ 'ਤੇ ਤਲਾਬ ਹੁੰਦੇ ਸੀ, ਜਾਨਵਰ ਪਾਣੀ ਪੀ ਲੈਂਦੇ ਸੀ, ਲੇਕਿਨ ਅੱਜ ਦਾ ਸਮਾਂ ਹੈਗਾ ਕਿ ਪਾਣੀ ਮਿਲਦਾ ਨਹੀਂ ਹੈਗਾ, ਉਹਨਾਂ ਲਈ ਵੀ ਪਿਆਸ ਲੱਗਦੀ ਹੈ। ਇਸ ਕਰਕੇ ਸਾਨੂੰ ਜਿਹੜੇ ਨਾ ਆਪਣੇ ਨਾਲ, ਜੇ ਅਸੀਂ ਧਰਤੀ ਦੇ ਵਿੱਚ ਹੈਗੇ ਤਾਂ ਜਿੰਨੇ ਵੀ ਜੀਵ ਹੈਗੇ ਜੇ ਉਹਨਾਂ ਨੂੰ ਵੀ ਪੂਰਾ ਹੱਕ ਹੈਗਾ ਧਰਤੀ 'ਤੇ ਰਹਿਣ ਦਾ, ਅਤੇ ਜੇ ਇਹ ਇਨਸਾਨ ਦਾ ਸਾਨੂੰ ਜੇ ਜਨਮ ਮਿਲਿਆ ਤਾਂ ਆਪਾਂ ਕੁਛ ਨਾ ਕੁਛ ਜ਼ਰੂਰ ਕੰਮ ਕਰੀਏ, ਜਿਸ ਕਰਕੇ ਸਾਡੇ ਜਿਹੜੇ ਜੀਵ ਹੈ ਉਹਨਾਂ ਲਈ ਤਾਂ ਕੁਛ ਕਰ ਸਕੀਏ।
ਤਾਂ ਜ਼ਰੂਰ ਜੀ ਦੋਸਤੋ, ਇਹ ਜਿਹੜੇ ਨੇ ਚਿੜੀਆਂ ਦਾ ਰਹਿਣ ਬਸੇਰਾ ਹੈ, ਐਨ ਜੀ ਓ ਵੱਲੋਂ ਵੰਡਿਆ ਜਾ ਰਿਹਾ ਅਤੇ ਦਰੱਖਤਾਂ ਦੇ ਉੱਪਰ ਵੀ ਲਾਏ ਜਾ ਰਹੇ ਨੇ, ਕਿਉਂਕਿ ਮੌਸਮ ਦੇ ਵਿੱਚ ਬਦਲਾਵ ਹੋ ਰਿਹਾ ਹੈ। ਮੌਸਮ ਦੇ ਵਿੱਚ ਬਦਲਾਵ ਦੇ ਨਾਲ ਨਾਲ ਜਿਵੇਂ ਸਾਨੂੰ ਹਰ ਚੀਜ਼ਾਂ ਦੀ ਸਹੂਲਤ, ਉਸ ਤਰ੍ਹਾਂ ਹੀ ਇਹਨਾਂ ਜੀਵ ਜੰਤੂਆਂ ਨੂੰ ਸਹੂਲਤ ਦਾ। ਅੱਜ ਅੰਮ੍ਰਿਤਸਰ ਦੀ ਐਨ ਜੀ ਓ ਜਿਹੜੀ ਕਿ ਉਹਨਾਂ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ, ਅਤੇ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਵੀ ਕਰਨੇ ਚਾਹੀਦੇ ਨੇ ਜਿਨ੍ਹਾਂ ਨਾਲ ਜੀਵ ਜੰਤੂਆਂ ਦੀ ਸੰਭਾਲ ਹੋ ਪਾਏ। ਤਾਂ ਮੈਨੂੰ ਦੇ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ, ਤੁਸੀਂ ਜੁੜੇ ਰਹੋ ਫੈਕਟ ਨਿਊਜ਼ ਦੇ ਨਾਲ।